ਹੈਲੋ ਸਟੂਡੈਂਟਸ, ਅੱਜ ਆਪਾਂ ਨਾ ਸਟਰਕਚਰ ਕਰਾਂਗੇ 10th ਕਲਾਸ ਦੇ ਇੰਗਲਿਸ਼ ਦੇ ਕੁਐਸਚਨ ਪੇਪਰ ਦੀ, ਵੀ ਮਾਰਕਸ ਨੇ, ਮਾਰਕਸ ਦੀ ਡਿਵੀਜ਼ਨ ਕਿੱਦਾਂ ਹੁੰਦੀ ਆ। ਜਿਵੇਂ ਫਸਟ ਤੁਹਾਡਾ ਸੈਕਸ਼ਨ ਹੋਏਗਾ ਰੀਡਿੰਗ ਸੈਕਸ਼ਨ, ਰੀਡਿੰਗ ਸੈਕਸ਼ਨ ਦੇ ਵਿੱਚ ਤੁਹਾਨੂੰ ਮਾਰਕਸ ਆਉਣੇ ਨੇ 10 ਮਾਰਕਸ ਤੱਕ ਆਉਣਾ ਤੁਹਾਨੂੰ ਅਨਸੀਨ ਪੈਸੇਜ ਆਏਗਾ। ਅਤੇ ਫਿਰ ਉਸ ਤੋਂ ਬਾਅਦ ਆ ਇਹਦੇ ਵਿੱਚ ਵੀ ਡਿਵੀਜ਼ਨ ਆ, ਅਨਸੀਨ ਰੀਡਿੰਗ ਪੈਸੇਜ ਆਏਗਾ ਅਤੇ ਅਨਸੀਨ ਪੋਸਟਰ ਬੇਸ ਕੰਪਰੀਹੈਂਸ਼ਨ ਆਏਗਾ। ਦੋਨੇ ਪੰਜ ਪੰਜ ਨੰਬਰਾਂ ਦੇ ਇਹ ਤੁਹਾਨੂੰ ਪੈਸੇਜ ਆਉਣੇ ਨੇ, ਜਿਹਦੇ ਵਿੱਚੋਂ ਤੁਸੀਂ ਕੁਸ਼ਚਨ ਲੱਭ ਕੇ ਕਰਨੇ ਨੇ। ਸੈਕਿੰਡ ਬੀ ਸੈਕਸ਼ਨ ਆ, ਬੀ ਸਬਜੈਕਟ ਸੈਕਸ਼ਨ ਦੇ ਵਿੱਚ ਓਬਜੈਕਟਿਵ ਟਾਈਪ ਕੁਸ਼ਚਨ ਆਉਣਗੇ, 8 ਨੰਬਰਾਂ ਦੇ ਕੁਸ਼ਚਨ ਹੋਣਗੇ। ਹਰੇਕ ਕੁਸ਼ਚਨ ਆ ਜਿਹੜਾ ਉਹ ਇੱਕ ਇੱਕ ਵਰਡ ਦਾ ਹੋਏਗਾ। ਇਹਦੇ ਵਿੱਚ ਤੁਹਾਨੂੰ ਕੁਸ਼ਚਨ ਫਿਲ ਇਨ ਦੀ ਬਲੈਂਕਸ ਆ ਸਕਦੀਆਂ ਨੇ, ਟਰੂ ਫੋਲਸ ਆ ਸਕਦੇ ਨੇ, ਮਲਟੀਪਲ ਚੋਇਸ ਕੁਸ਼ਚਨ ਆਉਂਦੇ ਨੇ ਇਹਦੇ ਵਿੱਚ। ਅਤੇ ਇਹ ਜਿਹੜੇ ਕੁਸ਼ਚਨ ਨੇ, ਜਿਵੇਂ ਮੇਨ ਕੋਰਸ ਦੀ ਬੁੱਕ ਦੇ ਵਿੱਚੋਂ 4 ਕੁਸ਼ਚਨ ਆਉਣੇ ਨੇ, 4 ਹੀ ਸਪਲੀਮੈਂਟਰੀ ਰੀਡਰ ਦੇ ਵਿੱਚੋਂ ਆਉਣੇ ਨੇ, 1-1 ਮਾਰਕਸ ਦੇ। ਟਰੂ ਫੋਲਸ ਵੀ ਹੋ ਸਕਦੇ ਨੇ, ਸਨੋਨੀਅਮ ਐਂਟੋਨੀਅਮ ਵੀ ਹੋ ਸਕਦੇ ਨੇ। ਅਤੇ ਨੈਕਸਟ ਆ ਸੀ ਸੈਕਸ਼ਨ। ਸੀ ਸੈਕਸ਼ਨ ਆ ਜਿਹੜਾ ਉਹਦੇ ਵਿੱਚ ਇੰਗਲਿਸ਼ ਟੈਕਸਟ ਬੁੱਕਸ ਦੇ ਵਿੱਚੋਂ ਆਉਣਾ ਆ। ਫਸਟ ਆ ਜਿਵੇਂ ਮੇਨ ਕੋਰਸ, ਇੰਗਲਿਸ਼ ਮੇਨ ਕੋਰਸ ਦੇ ਵਿੱਚੋਂ ਆਏਗਾ। ਇਹਦੇ ਵਿੱਚੋਂ ਸ਼ੋਰਟ ਕੁਸ਼ਚਨ ਨੇ ਜਿਹੜੇ ਉਹ ਤੁਹਾਨੂੰ 5 ਦਿੱਤੇ ਗਏ ਹੋਣਗੇ, ਜਿਨ੍ਹਾਂ ਵਿੱਚੋਂ ਤੁਸੀਂ 3 ਕਰਨੇ ਨੇ। ਅਤੇ ਜਿਹੜੇ ਕੁਸ਼ਚਨ ਨੇ ਉਹ 2-2 ਨੰਬਰਾਂ ਦੇ ਹੋਣਗੇ, 3 ਕੁਸ਼ਚਨ ਕਰਨੇ ਨੇ ਅਟੈਂਪਟ ਤੁਸੀਂ 2-2 ਨੰਬਰਾਂ ਦੇ, ਅਤੇ ਟੋਟਲ 6 ਮਾਰਕਸ ਹੋ ਗਏ। ਅਤੇ ਇੱਕ ਲੌਂਗ ਕੁਸ਼ਚਨ ਆਉਣਾ, ਤੁਹਾਨੂੰ 2 ਕੁਸ਼ਚਨ ਦਿੱਤੇ ਹੋਣਗੇ, ਦੋਨਾਂ ਦੇ ਵਿੱਚੋਂ 1 ਕਰਨਾ ਤੁਸੀਂ ਅਤੇ 3 ਨੰਬਰਾਂ ਦਾ, ਟੋਟਲ 9 ਨੰਬਰਾਂ ਦਾ ਇਹ ਤੁਹਾਡੀ ਮੇਨ ਕੋਰਸ ਬੁੱਕਸ ਬੁੱਕ ਦੇ ਵਿੱਚੋਂ ਆਉਣਾ। ਨੈਕਸਟ ਆ ਇੰਗਲਿਸ਼ ਮੇਨ ਕੋਰਸ ਬੁੱਕ ਪੋਇਟਰੀ, ਪੋਇਟਰੀ ਦੇ ਵਿੱਚੋਂ ਕੀ ਆਉਣਾ ਤੁਹਾਨੂੰ, ਪੋਇਟਰੀ ਦੇ ਵਿੱਚੋਂ 6 ਨੰਬਰ ਦੇ ਆਉਣੇ ਆ ਤੁਹਾਨੂੰ ਕੁਸ਼ਚਨ ਆਉਣੇ ਆ। ਸਟੈਂਜਾ ਦੇ ਵਿੱਚੋਂ ਕੁਸ਼ਚਨ ਪੁੱਟ ਕੀਤੇ ਗਏ ਹੋਣਗੇ, ਫਿਰ ਸੈਂਟਰਲ ਆਈਡੀਆ ਹੋਊਗਾ ਜਾਂ ਲੌਂਗ ਕੁਸ਼ਚਨ ਆ ਜਾਊਗਾ ਇਹਦੇ ਵਿੱਚੋਂ, ਜਿਹਦੇ ਵਿੱਚੋਂ 2 ਕੁਸ਼ਚਨ ਪੁੱਟ ਕੀਤੇ ਗਏ ਹੋਣਗੇ ਅਤੇ ਦੋਨਾਂ ਵਿੱਚੋਂ ਤੁਸੀਂ 1 ਕਰਨਾ ਆ। ਅਤੇ 3 ਨੰਬਰਾਂ ਦੇ ਕੁਸ਼ਚਨ ਹੋਣਗੇ ਪਹਿਲਾਂ ਤਾਂ ਤੁਹਾਡੇ, ਅਤੇ ਉਸ ਤੋਂ ਬਾਅਦ ਆ ਜਿਹੜਾ ਸ਼ੋਰਟ ਕੁਸ਼ਚਨ ਦਿੱਤੇ ਹੋਏ ਨੇ, ਜਿਵੇਂ ਸੈਂਟਰਲ ਆਈਡੀਆ ਹੋ ਗਿਆ, ਅਤੇ ਇਹ ਜਿਹੜੇ ਕੁਸ਼ਚਨ ਨੇ ਇਹ ਤੁਹਾਨੂੰ 3 ਨੰਬਰ ਦਾ ਪੁੱਟ ਕੀਤਾ ਗਿਆ ਹੋਊਗਾ। ਨੈਕਸਟ ਆ ਇੰਗਲਿਸ਼ ਸਪਲੀਮੈਂਟਰੀ ਰੀਡਰ, ਇੰਗਲਿਸ਼ ਸਪਲੀਮੈਂਟਰੀ ਰੀਡਰ ਦੇ ਵਿੱਚੋਂ ਸ਼ੋਰਟ ਕੁਸ਼ਚਨ ਹੀ ਆਉਣੇ ਆ, ਲੌਂਗ ਕੁਸ਼ਚਨ ਨਹੀਂ ਆਉਂਦਾ। ਇਹਦੇ ਵਿੱਚੋਂ 5 ਕੁਸ਼ਚਨ ਪੁੱਟ ਕੀਤੇ ਗਏ ਨੇ ਅਤੇ 3 ਕਰਨੇ ਨੇ ਤੁਸੀਂ। ਅਤੇ ਇਹਦੇ ਵਿੱਚ 3 ਕੁਸ਼ਚਨ ਨੇ ਜਿਹੜੇ 3-3 ਨੰਬਰਾਂ ਦੇ ਹੋਣਗੇ, ਟੋਟਲ 9 ਮਾਰਕਸ ਦਾ ਇਹਦੇ ਵਿੱਚੋਂ ਆਉਣਾ ਤੁਹਾਨੂੰ। ਨੈਕਸਟ ਆ ਸੈਕਸ਼ਨ ਡੀ ਵੋਕੈਬਲਰੀ, ਪੇਅਰ ਆਫ ਵਰਡਸ ਹੋ ਸਕਦੇ ਨੇ, ਈਡੀਅਮਸ ਹੋ ਸਕਦੀਆਂ ਨੇ, ਪ੍ਰੋਵਰਬਸ ਹੋ ਸਕਦੇ ਨੇ, 1 ਵਰਡ ਸਬਸਟੀਟਿਊਸ਼ਨ ਹੋ ਸਕਦਾ ਅਤੇ ਕਰੈਕਟ ਦਾ ਸੈਂਟੈਂਸ ਹੋ ਸਕਦਾ ਆ। 4 ਮਾਰਕਸ ਦਾ ਇਹ ਆਉਣਾ ਤੁਹਾਨੂੰ, 1-1 ਨੰਬਰਾਂ ਦੇ 4 ਜਿਹੜੇ ਤੁਹਾਨੂੰ ਕੁਸ਼ਚਨ ਨੇ ਉਹ ਵੋਕੈਬਲਰੀ ਪਾਰਟ ਦੇ ਵਿੱਚੋਂ ਆਉਣਗੇ। ਨੈਕਸਟ ਆ ਸੈਕਸ਼ਨ ਈ ਗ੍ਰਾਮਰ ਆ, ਟਰਾਂਸਲੇਸ਼ਨ ਆ ਅਤੇ ਕੰਪੋਜੀਸ਼ਨ ਆ। ਇਹਦੇ ਵਿੱਚ ਤੁਹਾਨੂੰ ਕੀ ਦਿੱਤਾ ਹੋਊਗਾ, ਟਰਾਂਸਲੇਸ਼ਨ ਦਿੱਤੀ ਹੋਈ ਆ ਇੰਗਲਿਸ਼ ਟੂ ਪੰਜਾਬੀ, ਜਿਹੜੀ ਕਿ 1-1 ਨੰਬਰਾਂ ਦੀ ਆ ਅਤੇ ਟੋਟਲ 3 ਨੰਬਰਾਂ ਦੀ ਆਉਣੀ ਆ। ਫਿਰ ਟਰਾਂਸਲੇਸ਼ਨ ਪੰਜਾਬੀ ਟੂ ਇੰਗਲਿਸ਼ ਹੋਏਗੀ, ਪੰਜਾਬੀ ਨੂੰ ਇੰਗਲਿਸ਼ ਦੇ ਵਿੱਚ ਚੇਂਜ ਕਰਨਾ, ਉਹ ਵੀ 3 ਨੰਬਰਾਂ ਦੀ ਆਉਣੀ ਆ, ਵੀ ਟੋਟਲ 6 ਨੰਬਰਾਂ ਦੀ ਤੁਹਾਨੂੰ ਟਰਾਂਸਲੇਸ਼ਨ ਹੀ ਆਉਣੀ ਆ। ਨੈਕਸਟ ਆ ਗ੍ਰਾਮਰ, ਡੂ ਐਜ਼ ਡਾਇਰੈਕਟਡ ਆ, ਡੂ ਐਜ਼ ਡਾਇਰੈਕਟਡ ਨੇ ਜਿਹੜੇ ਤੁਹਾਨੂੰ 10 ਨੰਬਰਾਂ ਦੇ ਹੋਣਗੇ। ਇਹਦੇ ਵਿੱਚ ਗ੍ਰਾਮਰ ਪੁੱਟ ਕੀਤੀ ਗਈ ਹੋਊਗੀ, ਜਿਵੇਂ ਮੋਡਲਸ ਹੋ ਗਏ, ਵੋਇਸ ਹੋ ਗਈ, ਟੈਂਸਿਸ ਹੋ ਗਏ, ਇਹ ਸਾਰਾ ਕੁਝ ਤੁਹਾਨੂੰ ਇਹ 10 ਮਾਰਕਸ ਦਾ ਆਉਣਾ ਆ। ਨੈਕਸਟ ਆ ਮੈਸੇਜ ਐਡਵਰਟਾਈਜ਼ਮੈਂਟ ਆ, ਜਿਹੜੀ ਨੋਟ ਮੇਕਿੰਗ ਆ, ਇਹਨਾਂ ਦੇ ਵਿੱਚੋਂ 1 ਕਰਨਾ ਹੁੰਦਾ ਤੁਸੀਂ, 3 ਨੰਬਰਾਂ ਦਾ ਇਹ ਆਊਗਾ। ਅਤੇ ਉਸ ਤੋਂ ਬਾਅਦ ਪੈਰਾਗ੍ਰਾਫ ਆ, 2 ਪੈਰਾਗ੍ਰਾਫ ਦਿੱਤੇ ਹੋਣਗੇ, ਆਊਟਲਾਈਨ ਕੀਤੇ ਹੋਣਗੇ, ਅਤੇ 2 ਦੇ ਵਿੱਚੋਂ ਤੁਸੀਂ 1 ਕਰਨਾ ਜਿਹੜਾ ਕਿ 4 ਨੰਬਰ ਦਾ ਹੋਊਗਾ। ਫਿਰ ਲੈਟਰ ਰਾਈਟਿੰਗ ਆ, ਲੈਟਰ 2 ਦਿੱਤੀਆਂ ਹੋਣਗੀਆਂ, 2 ਦੇ ਵਿੱਚੋਂ 1 ਕਰਨੀ ਆ, ਟੋਟਲ 6 ਮਾਰਕਸ ਦੀ ਲੈਟਰ ਆਏਗੀ ਤੁਹਾਨੂੰ। ਨੈਕਸਟ ਆ ਅਤੇ ਪਰਸਨਲ ਲੈਟਰ ਆ, ਬਿਜ਼ਨਸ ਦਾ ਅਤੇ ਆਫਿਸ਼ੀਅਲ ਆ, ਇਟਸ ਡਿਪੈਂਡ ਅਪੋਨ ਦਾ ਬੋਰਡ, ਵੀ ਬੋਰਡ ਕੀ ਪਾ ਰਿਹਾ ਆ। ਨੈਕਸਟ ਆ ਮਾਰਕਸ ਫੋਰ ਅ ਗੁੱਡ ਹੈਂਡ ਰਾਈਟਿੰਗ, 5 ਨੰਬਰਾਂ ਦੇ ਤੁਹਾਨੂੰ ਮਾਰਕਸ ਨੇ ਜਿਹੜੇ ਗੁੱਡ ਹੈਂਡ ਰਾਈਟਿੰਗ ਦੇ ਮਿਲਣਗੇ,
ਆਈ ਹੋਪ ਤੁਹਾਨੂੰ ਸਟਰਕਚਰ ਪੇਪਰ ਦੀ ਸਮਝ ਆ ਗਈ ਹੋਵੇਗੀ। ਥੈਂਕਸ ਫੋਰ ਵਾਚਿੰਗ।